ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਬਿਮਾਰ ਹੋਏ ਵਿਅਕਤੀ ਪਹੁੰਚਦੇ ਨੇ ਤੇ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਉਸ ਹਸਪਤਾਲ ਦੇ ਵਿੱਚੋਂ ਜਾਂਦੇ ਨੇ। ਪਰ ਇੱਕ ਅਜਿਹਾ ਹਸਪਤਾਲ ਸਾਹਮਣੇ ਆਇਆ ਜਿੱਥੇ ਮਰੀਜ਼ਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਜੀ ਹਾਂ, ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਮਰੀਜ਼ ਦੀ ਕੁੱਟਮਾਰ ਇੱਕ ਹਸਪਤਾਲ ਦੇ ਕਰਮਚਾਰੀ ਵੱਲੋਂ ਕੀਤੀ ਜਾਂਦੀ ਹੈ। ਬੈੱਡ ਤੇ ਪਏ ਮਰੀਜ਼ ਦੇ ਪੇਟ ਦੇ ਵਿੱਚ ਕੁਣੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਾਰਨ ਮਰੀਜ਼ ਬੁਰੀ ਤਰ੍ਹਾਂ ਤੜਫ ਜਾਂਦਾ ਹੈ। ਇਹ ਮਾਮਲਾ ਹਿਸਾਰ ਦੇ ਰਾਜਗੜ੍ਹ ਦੇ ਹਸਪਤਾਲ ਸਪਰਾ ਤੋਂ ਸਾਹਮਣੇ ਆਇਆ ਜਿੱਥੇ ਇਸ ਮਰੀਜ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਮਾਮਲਾ 6 ਦਿਨ ਪੁਰਾਣਾ ਹੈ ਤੇ ਹੁਣ ਇਸ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਰੀਜ਼ ICU ਦੇ ਬੈੱਡ ਤੇ ਪਿਆ ਹੁੰਦਾ ਹੈ ਕਿ ਇਸੇ ਦੌਰਾਨ ਕਰਮਚਾਰੀ ਆਉਂਦਾ ਹੈ, ਪਰਦਿਆਂ ਨੂੰ ਲਗਾਉਂਦਾ ਹੈ ਤੇ ਉਸਦੇ ਪੇਟ ਦੇ ਵਿੱਚ ਕੁਣੀਆਂ ਮਾਰਨ ਲੱਗ ਜਾਂਦਾ ਹੈ। ਇਸ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਮਰੀਜ਼ ਦੇ ਬੇਟੇ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਾ ਬਣਦਾ ਹੈ ਇਹ ਮਰੀਜ਼ ਕੈਥਲ ਤੋਂ ਸੰਬੰਧਿਤ ਹੈ। ਹਿਸਾਰ ਦੇ ਰਾਜਗੜ੍ਹ ਰੋਡ ਸਥਿਤ ਸਪਰਾ ਹਸਪਤਾਲ ਦੇ ਵਿੱਚ ਮਰੀਜ਼ ਨੂੰ ਬੰਨ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਜਾਨੋ ਮਾਰਨ ਦੀਆਂ ਧਮਕੀਆਂ ਇਸ ਮਰੀਜ਼ ਨੂੰ ਦਿੱਤੀਆਂ ਗਈਆਂ ਨੇ। 6 ਦਿਨ ਪਹਿਲਾਂ ਦਾ ਇਹ ਮਾਮਲਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਜੁੜਿਆ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਮਰੀਜ਼ ICU ਦੇ ਬੈੱਡ ਤੇ ਲੀਟਿਆ ਹੋਇਆ ਤੇ ਇਸੇ ਦੌਰਾਨ ਹਸਪਤਾਲ ਦਾ ਸਟਾਫ ਮੁਲਾਜ਼ਮ ਆਉਂਦਾ ਹੈ ਤੇ ਮਰੀਜ਼ ਦੇ ਪੇਟ ਦੇ ਵਿੱਚ ਕੁਣੀਆਂ ਮਾਰਨ ਲੱਗ ਜਾਂਦਾ ਹੈ। ਮਰੀਜ਼ ਹਸਪਤਾਲ ਦੇ ICU ਦੇ ਵਿੱਚ 18 ਜੂਨ ਨੂੰ ਐਡਮਿਟ ਹੋਇਆ ਸੀ, ਜਿਸ ਤੋਂ ਬਾਅਦ ਮਰੀਜ਼ ਦੇ ਬੇਟੇ ਨੇ ਇਸ ਮੁਲਾਜ਼ਮ ਦੇ ਖਿਲਾਫ FIR ਦਰਜ ਕਰਵਾਈ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਸਪਰਾ ਹਸਪਤਾਲ ਦੇ ਡਾਕਟਰ, ਨਰਸ, ਸੁਰੱਖਿਆ ਕਰਮੀ ਸਹਿਤ 2 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉੱਥੇ ਹਸਪਤਾਲ ਦੇ ICU ਦੇ ਵਿੱਚ ਕੁੱਟਮਾਰ ਦੀ ਘਟਨਾ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕ ਨੇ ਕਾਰਵਾਈ ਕਰਦੇ ਹੋਏ ਸੰਬੰਧਿਤ ਸਟਾਫ ਨੂੰ ਸਸਪੈਂਡ ਵੀ ਕਰ ਦਿੱਤਾ ਹੈ। ਹਸਪਤਾਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਬਿਮਾਰ ਹੋਏ ਵਿਅਕਤੀ ਪਹੁੰਚਦੇ ਨੇ ਤੇ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਹੋ ਕੇ ਉਸ ਹਸਪਤਾਲ ਦੇ ਵਿੱਚੋਂ ਜਾਂਦੇ ਨੇ। ਪਰ ਇੱਕ ਅਜਿਹਾ ਹਸਪਤਾਲ ਸਾਹਮਣੇ ਆਇਆ ਜਿੱਥੇ ਮਰੀਜ਼ਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਜੀ ਹਾਂ, ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਮਰੀਜ਼ ਦੀ ਕੁੱਟਮਾਰ ਇੱਕ ਹਸਪਤਾਲ ਦੇ ਕਰਮਚਾਰੀ ਵੱਲੋਂ ਕੀਤੀ ਜਾਂਦੀ ਹੈ। ਬੈੱਡ ਤੇ ਪਏ ਮਰੀਜ਼ ਦੇ ਪੇਟ ਦੇ ਵਿੱਚ ਕੁਣੀਆਂ ਮਾਰੀਆਂ ਜਾਂਦੀਆਂ ਨੇ ਜਿਸ ਕਾਰਨ ਮਰੀਜ਼ ਬੁਰੀ ਤਰ੍ਹਾਂ ਤੜਫ ਜਾਂਦਾ ਹੈ। ਇਹ ਮਾਮਲਾ ਹਿਸਾਰ ਦੇ ਰਾਜਗੜ੍ਹ ਦੇ ਹਸਪਤਾਲ ਸਪਰਾ ਤੋਂ ਸਾਹਮਣੇ ਆਇਆ ਜਿੱਥੇ ਇਸ ਮਰੀਜ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਮਾਮਲਾ 6 ਦਿਨ ਪੁਰਾਣਾ ਹੈ ਤੇ ਹੁਣ ਇਸ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਰੀਜ਼ ICU ਦੇ ਬੈੱਡ ਤੇ ਪਿਆ ਹੁੰਦਾ ਹੈ ਕਿ ਇਸੇ ਦੌਰਾਨ ਕਰਮਚਾਰੀ ਆਉਂਦਾ ਹੈ, ਪਰਦਿਆਂ ਨੂੰ ਲਗਾਉਂਦਾ ਹੈ ਤੇ ਉਸਦੇ ਪੇਟ ਦੇ ਵਿੱਚ ਕੁਣੀਆਂ ਮਾਰਨ ਲੱਗ ਜਾਂਦਾ ਹੈ। ਇਸ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਮਰੀਜ਼ ਦੇ ਬੇਟੇ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਾ ਬਣਦਾ ਹੈ ਇਹ ਮਰੀਜ਼ ਕੈਥਲ ਤੋਂ ਸੰਬੰਧਿਤ ਹੈ। ਹਿਸਾਰ ਦੇ ਰਾਜਗੜ੍ਹ ਰੋਡ ਸਥਿਤ ਸਪਰਾ ਹਸਪਤਾਲ ਦੇ ਵਿੱਚ ਮਰੀਜ਼ ਨੂੰ ਬੰਨ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਜਾਨੋ ਮਾਰਨ ਦੀਆਂ ਧਮਕੀਆਂ ਇਸ ਮਰੀਜ਼ ਨੂੰ ਦਿੱਤੀਆਂ ਗਈਆਂ ਨੇ। 6 ਦਿਨ ਪਹਿਲਾਂ ਦਾ ਇਹ ਮਾਮਲਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਜੁੜਿਆ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ।
ਇਸ ਵੀਡੀਓ ਵਿੱਚ ਮਰੀਜ਼ ICU ਦੇ ਬੈੱਡ ਤੇ ਲੇਟਿਆ ਹੋਇਆ ਤੇ ਇਸੇ ਦੌਰਾਨ ਹਸਪਤਾਲ ਦਾ ਸਟਾਫ ਮੁਲਾਜ਼ਮ ਆਉਂਦਾ ਹੈ ਤੇ ਮਰੀਜ਼ ਦੇ ਪੇਟ ਦੇ ਵਿੱਚ ਕੂਣੀਆਂ ਮਾਰਨ ਲੱਗ ਜਾਂਦਾ ਹੈ। ਮਰੀਜ਼ ਹਸਪਤਾਲ ਦੇ ICU ਦੇ ਵਿੱਚ 18 ਜੂਨ ਨੂੰ ਐਡਮਿਟ ਹੋਇਆ ਸੀ, ਜਿਸ ਤੋਂ ਬਾਅਦ ਮਰੀਜ਼ ਦੇ ਬੇਟੇ ਨੇ ਇਸ ਮੁਲਾਜ਼ਮ ਦੇ ਖਿਲਾਫ FIR ਦਰਜ ਕਰਵਾਈ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਸਪਰਾ ਹਸਪਤਾਲ ਦੇ ਡਾਕਟਰ, ਨਰਸ, ਸੁਰੱਖਿਆ ਕਰਮੀ ਸਹਿਤ 2 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ। ਉੱਥੇ ਹਸਪਤਾਲ ਦੇ ICU ਦੇ ਵਿੱਚ ਕੁੱਟਮਾਰ ਦੀ ਘਟਨਾ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕ ਨੇ ਕਾਰਵਾਈ ਕਰਦੇ ਹੋਏ ਸੰਬੰਧਿਤ ਸਟਾਫ ਨੂੰ ਸਸਪੈਂਡ ਵੀ ਕਰ ਦਿੱਤਾ।